ਹਾਲੇ ਮਾਸ਼ਾਅੱਲਾ 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 ਇੱਕ ਅੱਛੀ ਗੱਲ ਵੀ ਹੈ ਉਹ ਤੁਹਾਨੂੰ ਵਾਪਸੀ ਤੇ ਆ ਕੇ ਦੱਸਣਾ ਮੁਬਾਰਕ ਦੇਵਣ ਵਾਲੀ ਹੈ। ਕਮਰੇ ਦੇ ਅੰਦਰ ਆਇਆ ਬਰਾਮਦੇ ਦੇ ਵਿੱਚ ਬੜੀਆਂ ਮੱਖੀਆਂ ਸੀ, ਇੱਥੇ ਫਿਰ ਵੀ ਮੱਖੀਆਂ ਕੋਈ ਨਹੀਂ ਹੈ। ਬੜਾ ਹੀ ਇੰਟਰਸਟਿੰਗ ਆਇਆ ਹੋਇਆ ਜੀ ਕਮੈਂਟ ਕਿ ਸਾਡਾ ਜ਼ਿਕਰ ਕਰ ਦਿਓ ਮਜ਼ਾ ਆ ਜਾਵੇਗਾ ਜੀ। ਤਾਰਿਕ ਸਮੀਉੱਲਾ ਤਾਰਿਕ ਖਾਨ ਡੈਨਮਾਰਕ ਦੀ ਤਰਫੋਂ ਜਿਹੜਾ ਹੈਗਾ ਨਾ ਸਲਾਮ, ਵਾਲੇਕੁਮ ਸਲਾਮ ਜੀ। ਦਿਲ ਕਰਦਾ ਹੈ ਕਿ ਸਾਰਿਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਜਾਵਣ ਔਰ ਸਾਰਿਆਂ ਦਾ ਸਲਾਮ ਜਿੱਤਣ ਇੱਕ ਮੈਸੇਜ ਹੋ ਗਏ, ਲੇਕਿਨ ਨਾਮੁਮਕਿਨ ਨੇ ਫਿਰ ਘਰ ਦੇ ਕੰਮ ਵਗੈਰਾ ਵੀ। ਸੋਸ਼ਲ ਮੀਡੀਆ ਦਾ ਇੱਕ ਪਲੇਟਫਾਰਮ ਨਹੀਂ, ਇਹਨਾਂ ਫੇਸਬੁੱਕ 'ਤੇ ਆਇਆ ਹੋਇਆ ਸੀ ਮੈਸੇਜ, ਫੇਸਬੁੱਕ ਇੰਸਟਾਗ੍ਰਾਮ ਟਿਕਟੋਕ ਔਰ ਯੂਟਿਊਬ, ਚਾਰ ਪੰਜ ਸੋਸ਼ਲ ਮੀਡੀਆ ਪਲੇਟਫਾਰਮ ਦਾ ਮਸਲ ਕਮੈਂਟ ਮੈਸੇਜ ਸਾਰੇ ਪੜ੍ਹਨੇ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦੇ ਨੇ। ਹਨੇਰੀ ਰਾਤ ਔਰ ਮਾਸ਼ਾਅੱਲਾ ਸਾਡੇ ਲਈ ਰੋਸ਼ਨੀ ਰੋਸ਼ਨੀ। ਸੁਬਹ ਦਾ ਜਿਹੜਾ ਹੈਗਾ ਨਾ ਨਾਸ਼ਤਾ ਬਣ ਰਿਹਾ ਔਰ ਕਾਰੀਗਰ ਜਿਹੜਾ ਹੈਗਾ ਨਾ ਉਹ ਵੀ ਉੱਠ ਗਿਆ, ਕਾਰੀਗਰ ਨੂੰ ਲੈ ਕੇ ਆ ਗਿਆ। ਤੁਹਾਨੂੰ ਬੱਚਿਆ ਹੈ ਥੋੜ੍ਹਾ ਜਿਹਾ ਬਾਅਦ 'ਚ ਪੁੱਛ ਕੇ, ਹਾਂ ਬੈਠਦਾ ਐਵੇਂ ਨਹੀਂ ਬੈਠਦਾ ਕਦੇ ਵੀ ਬੱਚੇ ਕਰਨ ਨਾਸ਼ਤਾ। ਜਲਦੀ ਕਰੋ, ਬਾਹਰ ਵੈਨ ਵਾਲਾ ਆਇਆ ਖੜਾ। ਬੈਠ ਬੈਠਦਾ ਵੇਖ, ਹੁਣ ਪੀੜੀ ਪੀੜੀ 'ਤੇ ਵੇਖ ਬਹਿੰਦਾ, ਪੀੜੀ 'ਤੇ ਵੇਖ ਬਹਿੰਦਾ ਟੇਕ ਕੇ। ਕਾਹਦਾ ਨਾਸ਼ਤਾ ਬੇਗਮ ਸਾਹਿਬਾਂ ਬਣਾਈ ਜਾ ਰਹੀ ਹੈ ਘੀ, ਦੇਸੀ ਘੀ, ਲੱਸੀ ਲੱਸੀ ਬਣ ਰਹੀ ਹੈ ਅਤੇ ਨਾਲ ਦੇਸੀ ਘੀ ਤਿਆਰ ਹੋ ਰਿਹਾ। ਹਾਲੇ ਅਸੀਂ ਉਹ ਲਿਆ ਕੇ ਰੱਖਿਆ ਤਾਂ ਹੋਇਆ ਰਿੜਕਾ ਜਿਹਾ, ਅਤੇ ਉਹ ਆਲਣ ਦਾ ਸੈਟਅਪ ਵਗੈਰਾ ਕਰਨਾ, ਫਿਰ ਉਹਦੇ ਵਿੱਚ ਜਿਹੜਾ ਹੈਗਾ ਨਾ ਬਣਾਇਆ ਕਰਾਂਗੇ ਸੁਬਹ ਸੁਬਹ। ਹਾਲੇ ਤੱਕ ਤਾਂ ਮਸ਼ੀਨ ਨਾਲ ਜਿਹੜਾ ਹੈਗਾ ਨਾ ਕੰਮ ਚੱਲਦਾ ਪਿਆ ਔਰ ਘੀ ਜਿਹੜਾ ਹੈਗਾ ਨਾ ਦੇਖੋ ਨਿਕਲਿਆ ਪਿਆ। ਹਾਂ ਇਹਦੇ ਥੋੜ੍ਹੀ ਜਿਹੀ ਬਰਫ਼ ਪਾ, ਫਿਰ ਇਹ ਜਮ੍ਹਾਂ ਹੋ ਜਾਵੇਗਾ, ਗਰਮੀ ਹੈ ਨਾ ਹੁਣ ਤਾਂ ਖੁਰਿਆ ਹੋਇਆ। ਇੰਨੀ ਜ਼ਿਆਦਾ ਬਾਹਰ ਧੁੱਪ ਹੈ ਔਰ ਬੇਗਮ ਸਾਹਿਬਾਂ ਕਹਿ ਰਹੀ ਹੈ ਕਿ ਜਾਓ ਸ਼ਹਿਰ ਜਾ ਕੇ ਸਬਜ਼ੀ ਸੁਬਜ਼ੀ ਲੈ ਕੇ ਆਓ, ਕੁਛ ਹੈ ਜਿਹੜਾ ਗੰਨ ਪਕਾਈਏ ਪਕੂਈਏ। ਅੱਜ ਫਰਮਾਇਸ਼ ਹੈ ਜੀ, ਚਾਵਲ ਲੈ ਕੇ ਆਓ, ਗੋਸ਼ਤ ਲੈ ਕੇ ਆਓ, ਅੱਜ ਪਕਾਉਣੇ ਨੇ ਜੀ ਚਾਵਲ ਗੋਸ਼ਤ ਵਾਲੇ ਉਹ ਵੀ। ਔਰ ਮੈਂ ਇੱਧਰ ਆ ਰਿਹਾ ਤੁਹਾਨੂੰ ਦਿਖਾਉਣ ਵਾਸਤੇ ਕਿ ਮਾਸ਼ਾਅੱਲਾ ਸੂਰਜਮੁਖੀ ਦਾ ਪਹਿਲਾ ਫੁੱਲ ਜਿਹੜਾ ਹੈਗਾ ਨਾ ਖਿਲ ਗਿਆ, ਚੈੱਕ ਕਰੋ ਮਾਸ਼ਾਅੱਲਾ ਜ਼ਬਰਦਸਤ। ਇਸ ਵਾਰੀ ਨਾ ਕਾਫੀ ਲੇਟ ਹੋ ਗਏ ਨਾ, ਸੂਰਜਮੁਖੀ ਦੇ ਪੌਦੇ ਪਹਿਲੇ ਲਾ ਲੈਣੇ ਸੀ ਅਤੇ, ਲੇਕਿਨ ਹੁਣ ਗਰਮੀ ਬਹੁਤ ਜ਼ਿਆਦਾ ਨਾ ਤਾਂ ਬਹੁਤ ਕੰਮ ਫੁੱਲ ਲੱਗਣਗੇ, ਕੋਈ ਥੋੜ੍ਹੇ ਬਹੁਤੇ ਫੁੱਲ ਲੱਗਣਗੇ, ਜ਼ਿਆਦਾ ਫੁੱਲ ਨਹੀਂ ਲੱਗਦੇ ਇਹਨਾਂ 'ਤੇ। ਹੁਣ ਇਹ ਦੇਖੋ ਇੱਕ ਇੱਧਰ ਵੀ ਲੱਗਿਆ ਖੜਾ, ਲੇਕਿਨ ਇਹਨਾਂ ਬਿਮਾਰੀ ਪੈ ਗਈ। ਇਹ ਦੇਖੋ ਨਾ ਵਿੱਚ ਪਤਾ ਨਹੀਂ ਕੀ ਬਲਾਂ ਹੈਗੀਆਂ, ਚਿੰਬੜੀਆਂ ਖੜੀਆਂ ਨੇ, ਪਤਾ ਨਹੀਂ ਕੀ ਸ਼ਾਇਦ ਬਲਾਂ, ਚਿੱਟੀਆਂ ਚਿੱਟੀਆਂ ਜਿਹੜੀਆਂ ਹੈਗੀਆਂ ਨਾ ਕਾਫੀ ਜ਼ਿਆਦਾ, ਦੇਖੋ ਨਾ ਵਾਇਰਸ ਜੀ ਪੈ ਗਈ ਇਹਨੂੰ। ਹਾਲੇ ਮਾਸ਼ਾਅੱਲਾ 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 ਇੱਕ ਅੱਛੀ ਗੱਲ ਵੀ ਹੈ ਉਹ ਤੁਹਾਨੂੰ ਵਾਪਸੀ 'ਤੇ ਆ ਕੇ ਦੱਸਣਾ, ਮੁਬਾਰਕ ਦੇਵਣ ਵਾਲੀ ਹੈ, ਕਿਉਂਕਿ ਤੁਹਾਡੇ ਹੀ ਬੜੇ ਦਿਨਾਂ ਤੋਂ ਕਮੈਂਟ ਆ ਰਹੇ ਸੀ ਔਰ ਸਾਨੂੰ ਵੀ ਬੜਾ ਇੰਤਜ਼ਾਰ ਸੀ। ਜਾਨਵਰਾਂ ਦਾ ਜਿਹੜਾ ਹੈਗਾ ਨਾ ਹੁਣ ਬੁਰਾ ਹਾਲ ਹੋ ਰਿਹਾ ਇੱਥੋਂ, ਹੁਣ ਜਾਨਵਰਾਂ ਨੂੰ ਨਾ ਇੱਥੋਂ, ਹਾਂ ਇੱਥੋਂ ਕੱਢੀਏ ਉੱਧਰ ਲੈ ਜਾਈਏ। ਕੱਲ੍ਹ ਮਿਸਤਰੀ ਆਇਆ, ਤੁਸੀਂ ਜਾ ਕੇ ਪਤਾ ਕਰਨੇ ਆ ਨਾ ਲੱਕੜਾਂ ਵਗੈਰਾ ਮਿਲੀਆਂ ਨੇ ਕਿ ਨਹੀਂ ਮਿਲੀਆਂ ਉਹਨੂੰ, ਅਤੇ ਉੱਧਰ ਜਗ੍ਹਾ ਬਣਾ ਕੇ ਨਾ ਖਰਗੋਸ਼ ਦੀ ਵੀ ਅਤੇ ਸਾਰੇ ਪਰਿੰਦਿਆਂ ਦੀ ਵੀ ਉੱਧਰ ਛੱਡਣੇ ਆ ਉਹਨਾਂ ਨੂੰ, ਉਹ ਖੁੱਲ੍ਹੀ ਜਗ੍ਹਾ ਤੋਂ ਉੱਥੇ ਹਵਾ ਲੱਗੇਗੀ ਔਰ ਐਵੇਂ ਰੱਖਿਓ ਤਾਂ ਹੈਗੇ ਆ। ਉਹ ਨਹੀਂ ਉੱਧਰ ਠੰਡ ਹੈ, ਉੱਧਰ ਠੰਡ ਹੈ ਕਿਉਂਕਿ ਇੱਧਰ ਸਾਹਮਣੇ ਸੂਰਜ ਲੱਗਿਆ ਹੋਇਆ ਨਾ, ਬਿਲਕੁਲ ਦੇਖੋ ਕਿੰਨੀ ਰੋਸ਼ਨੀ ਪੈਂਦੀ ਹੈ, ਸਾਹਮਣੇ ਸੂਰਜ ਲੱਗਿਆ ਹੋਇਆ ਨਾ ਅਤੇ ਕਾਫੀ ਜ਼ਿਆਦਾ ਗਰਮੀ ਬਣਦੀ ਹੈ। ਵੈਸੇ ਮੈਂ ਪਾਣੀ ਵਗੈਰਾ ਸਿੱਟੀ ਰੱਖਣਾ, ਲੇਕਿਨ ਫਿਰ ਵੀ ਜਿਹੜਾ ਹੈਗਾ ਨਾ ਇਹਨਾਂ ਕੋਲ ਬਰਦਾਸ਼ਤ ਨਹੀਂ ਹੋਣੀ ਗਰਮੀ। ਇਸ ਸਾਲ ਵੈਸੇ ਵੀ ਕਹਿ ਰਹੇ ਨੇ ਕਿ ਕਾਫੀ ਜ਼ਿਆਦਾ ਗਰਮੀ ਪੈ ਗਈ। ਅੱਛਾ ਹੁਣ ਚਾਵਲ ਹੀ ਲੈ ਕੇ ਆਉਣੇ ਨੇ ਇਹਦਾ ਮਤਲਬ? ਚਾਵਲ ਹੀ ਲੈ ਕੇ ਆਉਣੇ, ਥੋੜਾ ਬਹੁਤ ਮਸਾਲਾ ਹੀ। ਮਸਾਲਾ ਕੋਈ ਨਹੀਂ ਪਿਆ,
ਕਾਫੀ ਸਾਰੇ ਭੈਣ ਬਾਈ ਕਹਿੰਦੇ ਆ ਕਿ ਨਵਾਜ਼ ਬਾਈ ਇਕੱਠਾ ਸਮਾਨ ਇਕੱਠਾ ਹੀ ਮੈਂ ਲੈ ਕੇ ਆਉਂਦਾ, ਤਕਰੀਬਨ ਹਫ਼ਤਾ ਹੋ ਗਿਆ ਇਹ ਹਫ਼ਤੇ ਦਾ ਲੈਣ ਦਾ ਸੀ, ਹੁਣ ਖਤਮ ਹੋਇਆ ਪਿਆ। ਅੱਛਾ ਪਿਆਜ਼ ਪੈ, ਚਲੋ ਜੀ ਅੱਲਾ ਨੂੰ ਯਾਦ ਕਰਕੇ ਨਿਕਲਦੇ ਹਾਂ, ਹੈ ਤੇ ਗਰਮੀ ਬਹੁਤ ਜ਼ਿਆਦਾ, ਚਾਬੀ ਕੋਈ ਨਹੀਂ ਵਿੱਚ ਖੜੀ। ਗਰਮੀ ਭਾਈ ਸਾਹਿਬ ਚੰਗੀ ਭਲੀ ਪੈ ਰਹੀ ਹੈ, ਜ਼ਬਰਦਸਤ ਕਿਸਮ ਦੀ। ਅਲਹਮਦੁਲਿਲਾ ਜੀ ਸਮਾਨ ਵਗੈਰਾ ਲੈ ਕੇ ਆ ਚੁੱਕੇ ਹਾਂ, ਚਾਵਲ ਵੀ, ਔਰ ਪਰਿੰਦਿਆਂ ਵਾਸਤੇ ਲੈ ਕੇ ਆਉਂਦਾ ਬਾਜਰਾ। ਬੱਚੇ ਵੀ ਸਕੂਲ ਪੜ੍ਹ ਕੇ ਆ ਗਏ ਨੇ ਜੀ ਘਰ ਵਾਪਸ, ਮਸਾਲੇ ਵਗੈਰਾ ਕੱਟੇ ਪਏ ਨੇ ਔਰ ਚਾਵਲ ਵੀ ਭਿਗੋਏ ਪਏ ਨੇ। ਕਾਫੀ ਟਾਈਮ ਅਸੀਂ ਰੈਸਟ ਕੀਤੀ ਹੈ, ਗਰਮੀ ਬਹੁਤ ਜ਼ਿਆਦਾ ਸੀ, ਹੁਣ ਜਾ ਕੇ ਗਰਮੀ 'ਚ ਕੁਛ ਸਕੂਨ ਆਇਆ ਹੈ, ਕਿਉਂਕਿ ਜਿੱਥੇ ਸਾਲਣ ਵਗੈਰਾ ਪਕਾਉਣਾ ਸੀ ਨਾ, ਚਾਵਲ ਪਕਾਉਣੇ ਨੇ ਸਾਲ, ਹਾਂ ਚਾਵਲ, ਉੱਥੇ ਹੁਣ ਸਾਇਆ ਵਗੈਰਾ ਆ ਗਿਆ ਨਾ, ਤਾਂ ਹੁਣ ਇੱਥੇ ਗਰਮੀ ਇੰਨੀ ਨਹੀਂ ਲੱਗਦੀ ਪਈ, ਪਹਿਲੇ ਤਾਂ ਬੰਬ, ਹਾਂ ਚਾਰ ਤੋਂ ਹੀ ਉੱਪਰ ਹੋ ਗਿਆ, ਹਾਂ ਚਾਰ ਤੋਂ ਉੱਪਰ ਟਾਈਮ ਹੋ ਗਿਆ, ਹਾਂ ਅਤੇ ਸੂਰਜ ਆਇਆ ਦੇਖੋ ਨਾ, ਟੇਢਾ ਹੋ ਗਿਆ ਨਾ ਸਾਈਡ, ਇੱਥੇ ਜਦੋਂ ਸੂਰਜ ਸੀ ਨਾ ਸਾਹਮਣੇ ਉਦੋਂ ਕਾਫੀ ਜ਼ਿਆਦਾ ਧੁੱਪ ਸੀ। ਹਾਂ ਖਾਣ ਪਕਾਉਣ ਦੀ ਕਾਰਵਾਈ ਹੋ ਚੁੱਕੀ ਜੀ ਸਾਡੀ ਸ਼ੁਰੂ, ਔਰ ਦੁਪਹਿਰ ਟਾਈਮ ਪਕਾ ਲਵਾਂਗੇ ਤਾਂ ਸ਼ਾਮ ਨੂੰ ਨਹੀਂ ਪਕਾਉਣਾ ਪਵੇਗਾ, ਬਿਹਤਰੀਨ ਕੰਮ ਹੈ, ਅੱਜ ਰੋਟੀਆਂ ਨਹੀਂ ਪਕਾਉਣੀਆਂ ਪੈਣੀਆਂ। ਔਰ ਤੁਹਾਨੂੰ ਮਹਿਸੂਸ ਹੁੰਦਾ ਕਿ ਖਾਲੀ ਬੇਗਮ ਸਾਹਿਬ ਆਈ ਜਿਹੜਾ ਹੈਗਾ ਨਾ, ਇੱਥੇ ਧੁੱਪ 'ਤੇ ਬਹਿ ਕੇ ਜਾਂ ਪਕਾਉਂਦੀ ਪਈ, ਮੈਂ ਵੀ ਇਹਦੇ ਕੋਲ ਹੀ ਬੈਠਾ ਹੁੰਦਾ, ਐਵੇਂ ਨਹੀਂ ਵਲਾਗ ਬਣਦਾ ਪਿਆ ਹੁੰਦਾ। ਹਾਂ ਧੁੱਪ ਹੁਣ ਕੋਈ ਨਹੀਂ, ਵੈਸੇ ਵੀ ਨਾਲ ਧੁੱਪ ਦੇਖੋ ਨਾ, ਥੋੜ੍ਹਾ ਜਿਹਾ ਰੋਸ਼ਨੀ ਦਾ ਕਲਰ ਚੇਂਜ ਹੋ ਜਾਂਦਾ ਨਾ, ਅਤੇ ਧੁੱਪ ਦੀ ਉਹ ਜਿਹੜੀ ਗਰਮੀ ਹੈ ਨਾ, ਖਤਮ ਹੋ ਜਾਂਦੀ। ਆਲੂ ਪੈ ਰਹੇ ਨੇ ਵਿੱਚ, ਔਰ ਥੋੜ੍ਹਾ ਬਹੁਤ ਮੇਰੇ ਖਿਆਲ ਗੋਸ਼ਤ ਪਿਆ ਹੋਇਆ ਹੈ ਨਾ, ਆਲੂ ਅਤੇ ਗੋਸ਼ਤ ਵਾਲਾ ਪੱਕ ਰਿਹਾ ਹੈ ਜੀ ਚਾਵਲ, ਔਰ ਇਹ ਪਿਆ ਹੈ ਜੀ ਚਾਵਲ। ਚਾਵਲ ਅੱਜ ਬੜੇ ਅੱਛੇ ਮੈਂ ਲੈ ਕੇ ਆਉਂਦੇ ਨੇ, ਮਹਿੰਗੇ ਮਿਲੇ ਨੇ ਲੇਕਿਨ ਬੜੇ ਜ਼ਬਰਦਸਤ ਨੇ। ਹੁਣ ਤੁਹਾਨੂੰ ਸੁਣਾਉਂਦੇ ਹਾਂ ਜੀ ਖੁਸ਼ਖਬਰੀ, ਬੇਗਮ ਸਾਹਿਬਾਂ ਵਾਸਤੇ ਮੁਬਾਰਕ ਹੈ ਖੁਸ਼ਖਬਰੀ, ਕਿਉਂਕਿ ਬੇਗਮ ਸਾਹਿਬਾਂ ਨੂੰ ਜਿਹੜਾ ਹੈਗਾ ਨਾ ਸਮਾਨ ਨਹੀਂ ਚੱਕਣਾ ਪਿਆ, ਰਾਤ ਨੂੰ ਇਹਨੂੰ ਕਿਹਾ ਸੀ, ਮੈਂ ਕਿਹਾ ਸਮਾਨ ਚੱਕ ਕੇ ਰੱਖ ਲਿਆ ਵੀ, ਇਹਨੇ ਆਖਿਆ ਬਾਰਾ ਬੜਾ, ਹੁਣ ਮਿਸਤਰੀ ਨਾਲ ਗੱਲ ਹੋ ਗਈ, ਸੁਬਹ ਨਾ ਮਿਸਤਰੀ ਆਉਣਾ, ਠੀਕ ਹੈ ਨਾ, ਅਤੇ ਹੁਣ ਸਮਾਨ ਜਮ੍ਹਾਂ ਕਰੀਏ, ਕੋਈ ਸ਼ਾਇਦ ਵੀ ਕੋਈ ਨਹੀਂ ਘਰ ਦੇ ਵਿੱਚ, ਨਾ ਰੇਤ ਪਈ ਹੈ ਨਾ ਸੀਮਿੰਟ ਪਿਆ, ਕੁਛ ਵੀ ਨਹੀਂ ਪਿਆ ਹੋਇਆ, ਮਿਸਤਰੀ ਤਾਂ ਬੁਲਾ ਲਿਆ, ਕਿਉਂਕਿ ਉਹਦੇ ਨਾਲ ਮੋਬਾਈਲ 'ਤੇ ਗੱਲ ਹੋਈ ਸੀ, ਅਤੇ ਉਹਨੂੰ ਮੈਂ ਕਹਿ ਦਿੱਤਾ, ਉਹਦਾ ਫੋਨ ਆਇਆ ਸੀ ਤਕਰੀਬਨ ਘੰਟਾ ਕੁ ਪਹਿਲੇ, ਅਤੇ ਉਹਨੂੰ ਮੈਂ ਕਿਹਾ ਸੁਬਹ ਜਿਹੜਾ ਹੈਗਾ ਤੂੰ ਦੋ ਇੱਕ ਨਾਲ ਮਜ਼ਦੂਰ ਲੈ ਕੇ ਸੁਬਹ ਜਿਹੜਾ ਹੈਗਾ ਨਾ ਆ ਜਾਵੀਂ, ਕਿਉਂਕਿ ਸਾਡੇ ਜਿਹੜੇ ਪੁਰਾਣੇ ਮਿਸਤਰੀ ਨੂੰ ਤਾਂ ਮਿਲਦੇ ਕੋਈ ਨਹੀਂ ਪਏ ਨੇ, ਅਤੇ ਫਿਰ ਇਸ ਵਾਰੀ ਨਵਾਂ ਕਾਰੀਗਰ ਕੋਲ ਮਿਲ ਲੱਭਿਆ, ਪਤਾ ਨਹੀਂ ਕਿਵੇਂ ਕੰਮ ਕਰਦਾ ਹੋਵੇਗਾ, ਕੀ ਹਿਸਾਬ ਕਿਤਾਬ ਹੋਵੇਗਾ, ਕੋਈ ਸੋਰ ਪਤਾ ਨਹੀਂ, ਲੇਕਿਨ ਇਹ ਹੈ ਕਿ ਉਮੀਦ ਹੈ ਅੱਛਾ ਮਿਸਤਰੀ ਹੈ, ਅੱਛਾ ਕੰਮ ਕਰੇਗਾ ਉਮੀਦ ਹੈ, ਲੇਕਿਨ ਦੇਖਾਂਗੇ ਕੀ ਹਿਸਾਬ ਕਿਤਾਬ ਬਣਦਾ। ਬਹੁਤ ਸਾਰਿਆਂ ਦੇ ਕਮੈਂਟ ਆਏ, ਯਾਰ ਸਿੰਘ ਨਵਾਜ਼ ਬਈ ਕਮਰਾ ਜਿਹੜਾ ਹੈਗਾ ਨਾ ਬਣਵਾ ਲਓ, ਕਮਰਾ ਬਣਵਾ ਲਓ, ਕਮਰਾ ਕਮਰਾ ਬਾਈ ਸਾਹਿਬ ਜਿਹੜਾ ਹੈਗਾ ਨਾ ਹੁਣ ਇਨਸ਼ਾਅੱਲਾ ਸੁਬਹ ਤੋਂ ਸਟਾਰਟ ਹੋ ਜਾਵੇਗਾ, ਕਮਰਾ ਵੀ, ਸੀੜੀਆਂ ਵੀ, ਉਸ ਤੋਂ ਇਲਾਵਾ ਇਹ ਜਿਹੜਾ ਦਰਵਾਜ਼ਾ ਬੈਕ ਸਾਈਡ ਆ ਲਾਉਣ ਵਾਲਾ, ਇਹ ਸਭ ਤੋਂ ਪਹਿਲੇ ਦਰਵਾਜ਼ਾ ਲਵਾਓ, ਕਿਉਂਕਿ ਇਹ ਜ਼ਰੂਰੀ ਹੈ, ਸਭ ਤੋਂ ਪਹਿਲੇ ਦਰਵਾਜ਼ਾ ਲਵਾਵਾਂਗੇ ਸੁਬਹ ਜਿਹੜਾ ਹੈਗਾ ਨਾ, ਜਿਹੜੇ ਨਾਲ ਬੰਦੇ ਆਉਣੇ ਨੇ ਮਜ਼ਦੂਰ ਉਹਨੂੰ ਲਾ ਦੇਵਾਂਗੇ ਕਮਰੇ ਦੀ ਸਫਾਈ, ਅਤੇ ਉਹ ਸਮਾਨ ਵਗੈਰਾ ਚਵਾ ਕੇ ਰਖਾ ਲਵਾਂਗੇ ਜਿੱਥੇ ਜਿੱਥੇ ਸਮਾਨ ਰਖਾਉਣਾ ਉਹਨਾਂ ਕੋਲ, ਸਹੀ ਹੈ, ਅਤੇ ਉਹ ਫਰਸ਼ ਵਗੈਰਾ ਪੱਟ ਲਵਣਗੇ, ਅਤੇ ਇੱਕ ਜਿਹੜਾ ਬੰਦਾ ਉਹ ਪੱਟੀ ਰੱਖੇਗਾ,
ਤੇ ਇੱਕ ਨੂੰ ਮਿਸਤਰੀ ਨੇ ਲਾ ਦੇਵਾਂਗੇ, ਦਰਵਾਜ਼ਾ ਲਾ ਲਵੇਗਾ, ਸਹੀ ਹੈ। ਪਹਿਲੇ ਬਾਕੀ ਕੋਈ ਟਾਈਮ ਵਗੈਰਾ ਬੱਚਿਆ ਤੇ ਪੌੜੀਆਂ ਪਲਸਤਰ ਤੇ ਲਾ ਦੇਵਾਂਗੇ, ਸਹੀ ਹੈ ਨਹਾ, ਕਿਉਂਕਿ ਰੂਟੀਨ ਬਣਾਉਣੀ ਨਾ। ਹੁਣ ਖਾਂਦੇ ਹਾਂ ਚਾਵਲ ਵਗੈਰਾ ਖਾ ਕੇ, ਤੇ ਮੈਂ ਜਾਣਾ ਕਿਸੇ ਰੇਤ ਵਾਲੇ ਨੂੰ ਪਤਾ ਕਰਨਾ ਰੇਤ ਵਗੈਰਾ, ਕਿਉਂਕਿ ਇੱਟਾਂ ਦਾ ਕੰਮ ਕੋਈ ਨਹੀਂ, ਰੇਤ ਦਾ ਹੀ ਕੰਮ ਹੈ ਸਾਰਾ, ਤੇ ਸੀਮੈਂਟ, ਹਾਂ ਸੀਮੈਂਟ ਤੇ ਰੇਤ ਦਾ ਹੀ ਬਸ ਕੰਮ ਹੈ ਸਾਰਾ ਦਾ ਸਾਰਾ ਹੀ। ਇੱਟਾਂ ਤੇ ਬਲਕੇ ਸਾਨੂੰ ਹੋਰ ਬਚਣੀਆਂ ਨੇ, ਜਿੱਥੋਂ ਵੱਡਾ ਦਰਵਾਜ਼ਾ ਲਾਉਣਾ ਨਾ ਇੱਟਾਂ, ਉੱਥੋਂ ਕਾਫੀ ਸਾਰੀ 100-150 ਇੱਟ ਨਿਕਲੇਗੀ, ਉਹ ਚੱਕ ਕੇ ਫਿਰ ਉਹ ਉਸ ਘਰ 'ਚ ਰੱਖ ਆਵਾਂਗੇ ਇੱਧਰ, ਤੇ ਫਿਰ ਨਾ ਗੰਦ ਵੱਜ ਜਾਂਦਾ। ਤੇ ਬਾਕੀ ਫਰਸ਼ ਪੱਟਣਾ, ਫਰਸ਼ ਦਾ ਕਾਫੀ ਸਾਰਾ ਗੰਦ ਨਿਕਲੇਗਾ, ਫਰਸ਼ ਦਾ ਕਾਫੀ ਸਾਰਾ ਗੰਦ ਜਿਹਾ ਨਿਕਲਣਾ, ਕੰਧ ਨਹੀਂ ਹੁਣ ਰੋੜੇ ਰੂੜੇ ਰੋੜੇ ਹੋਣਗੇ ਪੱਕੇ, ਉਹ ਵੀ ਚੱਕ ਕੇ ਉੱਧਰ ਰੱਖਾਂਗੇ, ਕਿਉਂਕਿ ਇਸ ਘਰ ਦੀ ਸਫਾਈ ਰੱਖਾਂਗੇ। ਮੈਂ ਕੋਸ਼ਿਸ਼ ਹੈ ਕਿ ਮਿਸਤਰੀ ਲੱਗੇ ਵੀ ਹੋਵਣ ਨਾ, ਅਤੇ ਮਹਿਸੂਸ ਨਾ ਹੋਵੇ ਕਿ ਮਿਸਤਰੀ ਲੱਗੇ ਹੋਏ ਨੇ, ਕੋਈ ਮੈਨੇਜਮੈਂਟ ਕਰਾਂਗੇ। ਤਾਜ਼ਾ ਦਾ ਤਾਜ਼ਾ ਜਿਹੜਾ ਕਚਰਾ ਕੁਚਰਾ ਸਮਾਨ ਨਾ ਚੱਕ ਕੇ ਉੱਧਰ ਸਟਾਈ ਰੱਖਾਂਗੇ, ਸਹੀ ਹੈ ਨਾ। ਉਸ ਮਿਸਤਰੀ ਦਾ ਤਾਂ ਫਿਰ ਕੱਲ੍ਹ ਦਾ ਇੰਤਜ਼ਾਰ ਹੈ, ਜਿਹੜਾ ਕੱਲ੍ਹ ਮਿਸਤਰੀ ਉਹ ਕਿਸੇ ਦਿਨ ਛੱਤ ਵਗੈਰਾ ਪਾਣੀ ਹੈ ਖਰਗੋਸ਼ਾਂ ਦੇ ਘਰ ਦੀ, ਉਹ ਛੱਤ ਵਾਲਾ ਮਿਸਤਰੀ ਨਹੀਂ ਆਇਆ, ਫੱਟੀਆਂ ਵਗੈਰਾ ਦੇ ਪੈਸੇ ਹੀ ਜਮ੍ਹਾਂ ਕਰਵਾਤੇ ਸੀ, ਉਹਦਾ ਇੰਤਜ਼ਾਰ ਹੈ ਪਤਾ ਨਹੀਂ ਕਿਸ ਟਾਈਮ ਜਿਹੜਾ ਹੈਗਾ ਨਾ। ਖਰਗੋਸ਼ ਨੂੰ ਵੇਖ ਰਿਹਾ ਸੀ, ਖਰਗੋਸ਼ ਮੇਰੇ ਖਿਆਲ ਨਾਲ ਡੱਬੇ ਦੇ ਵਿੱਚ ਵੜ ਗਿਆ ਮੈਨੂੰ ਦੇਖ ਕੇ, ਡੱਬਾ ਫਿਰ ਵੀ ਠੰਡਾ, ਇੱਥੇ ਤੱਕ ਜਿਹੜੀ ਸਾਰੀ ਆਈ ਹੁੰਦੀ ਹੈ ਧੁੱਪ। ਬੇਗਮ ਸਾਹਿਬਾਂ ਨੇ ਕੱਲ੍ਹ ਨਾ ਹੱਡੀਆਂ ਕੱਲ੍ਹ ਕੇ ਪਰਸੋਂ ਕੱਲ੍ਹ ਸਾਲਣ ਬਣਾਏ ਕੌਣ ਜੀ, ਪਰਸੋਂ ਸਾਲਣ ਬਣਾਇਆ ਸੀ, ਦੋ ਹੱਡੀਆਂ ਲਾ ਕੇ ਰੱਖ ਲਈਆਂ ਸੀ ਵੱਡੀਆਂ ਵੱਡੀਆਂ, ਔਰ ਅੱਜ ਜਿਵੇਂ ਸਮਝ ਲਓ ਕਿ ਨਲੀ ਪੁਲਾਓ ਪੱਕ ਰਿਹਾ। ਹਾਂਜੀ ਹੈ ਵਾਹਵਾ ਸਾਰਾ ਰੱਖਣਾ ਸੀ ਤੇ ਗੋਸ਼ਤ ਰੱਖ ਲਵੇਂ ਤੂੰ, ਚਾਵਲਾਂ ਨੂੰ ਆਇਆ ਪਿਆ ਹੈ ਜੀ ਦਮ। ਮੈਂ ਗਿਆ ਹੋਇਆ ਸੀ ਜੀ ਸਾਹਮਣੇ ਦੁਕਾਨ 'ਤੇ ਹਿਸਾਬ ਕਿਤਾਬ ਕਰਨ ਵਾਸਤੇ, ਕਿਉਂਕਿ ਤਕਰੀਬਨ ਮੇਰੇ ਖਿਆਲ ਤੋਂ 15-20 ਦਿਨ ਹੋਏ ਨੇ, 20 ਦਿਨ ਜਾਂ ਮਹੀਨਾ ਹੋ ਗਿਆ ਹੋਵੇਗਾ, ਔਰ ਹਿਸਾਬ ਕਿਤਾਬ ਕਿਉਂਕਿ ਉਧਾਰ ਲੈਂਦੇ ਰਹਿੰਦੇ ਹਾਂ ਅਸੀਂ, ਕੋਈ ਮਹੀਨੇ ਬਾਅਦ ਫਿਰ ਜਿਵੇਂ ਪੈਸੇ ਜਿਹੜਾ ਕਹਿੰਦਾ ਮਹੀਨੇ ਬਾਅਦ ਇਕੱਠੇ ਸੀ ਜਿਹੜਾ ਕਹਿੰਦਾ ਦੇ ਦਿੰਦੇ ਹੁੰਦੇ ਹਾਂ, ਉਹ ਅੱਜ ਆ ਕੇ ਹਿਸਾਬ ਕਿਤਾਬ ਕੀਤਾ ਤਾਂ ਭਾਈ ਸਾਹਿਬ ਆਈ ਅਤੇ ਪੈਸੇ ਬੜੇ ਬੜੇ ਪਿਆਨ, ਕਾਫੀ ਸਮਝ ਲਓ ਕਿ ਮੇਰੇ ਖਿਆਲ ਨਾਲ ਕਾਫੀ ਦਿਨ ਹੋ ਗਏ ਨੇ ਇਸ ਵਾਰੀ ਨਾ ਜਮ੍ਹਾਂ ਹੁੰਦਿਆਂ, ਪੈਸੇ ਦਿੱਤੇ ਹੀ ਕੋਈ ਨਹੀਂ ਸੋਨੂੰ। ਸੂਰਜ ਹੋਇਆ ਜੀ ਥੋੜ੍ਹਾ ਬਹੁਤ ਠੰਡਾ, ਮੈਂ ਹਾਂ ਪੌਦਿਆਂ ਨੂੰ ਜਿਹੜਾ ਕਹਿੰਦਾ ਪਾਣੀ ਲਾ ਦੇਈਏ, ਪਾਣੀ ਲਾਉਂਦਾ ਰਹਾਂਗੇ ਅਤੇ ਇਹ ਸਹੀ ਰਹਾਂਗੇ ਅਤੇ ਫੁੱਲ ਵਗੈਰਾ ਚੱਕਣਗੇ, ਅਗਰ ਪਾਣੀ ਨਹੀਂ ਲਾਵਾਂਗੇ ਤਾਂ ਫਿਰ ਖੁਦਾ ਹਾਫਜ਼ ਕਰ ਜਾਵਣਗੇ। ਮਾਸ਼ਾਅੱਲਾ ਮਾਸ਼ਾਅੱਲਾ, ਸਾਡਾ ਨਲੀ ਪੁਲਾਓ ਹੋ ਚੁੱਕਿਆ ਜੀ ਰੈਡੀ, ਕਾਬਲੀ ਨਲੀ ਪੁਲਾਓ, ਨਾ ਅਸੀਂ ਜਿਹੜਾ ਮਰਜ਼ੀ ਰੱਖ ਲੈਂਦੇ ਹਾਂ, ਜਿਹੜੀ ਇੱਛਾ ਮਰਜ਼ੀ ਪਕਾਵੀਏ, ਸਾਡੀ ਆਪਣੀ ਮਰਜ਼ੀ ਨਾਲ ਨਾ ਚੱਲਦੇ ਨੇ। ਚਾਵਲ ਬੜੇ ਟਾਇਟ ਨਹੀਂ ਹੈ ਇਸ ਵਾਰੀ, ਚਾਵਲ ਬੜੇ ਜ਼ਬਰਦਸਤ ਨੇ ਇਸ ਵਾਰੀ, ਕਮਾਲ ਦੇ ਚਾਵਲ ਬੜੇ ਜ਼ਬਰਦਸਤ, ਤੈਨੂੰ ਦੱਸਿਆ ਇਸ ਵਾਰੀ ਨਾ ਚਾਵਲ ਉਹਨੇ ਅੱਛੇ ਦਿੱਤੇ ਨੇ, ਬੋਰੀ ਨਾ ਲੈ ਕੇ ਰੱਖ ਲਵੀ ਚਾਵਲ, ਲੱਗੇ ਵੈਸੇ ਨਵੇਂ ਕਡੀਜੇ ਨੇ ਨਾ, ਨਵੇਂ ਕਿਧਰੋਂ ਲਵਾਂਗੇ ਜਾ ਕੇ। ਵੱਡਾ ਕਾਰੀਗਰ ਛੋਟਾ ਕਾਰੀਗਰ ਹਾਜ਼ਰ ਹੋ, ਇਹ ਤੇਰਾ ਬੂਆ ਹੈ, ਹੈ ਬੂਆ ਕਿੰਦਾ ਹੈ,
ਇਹ ਕੀ ਸ਼ੈ? ਉਹ ਡੌਗੀ ਹੈ ਕੀ ਸ਼ੈ? ਇਹ ਸੇਬ ਹੈ ਤੇ ਆਹ ਕੀ ਸ਼ੈ? ਆਹ ਇਹ ਸਾਰਾ ਕੀ ਸ਼ੈ? ਕੀ ਨਾਂ ਇਹਦਾ? ਹੈਂ ਬਾਲੂ ਨਾ ਆ ਡੌਗੀ ਡੌਗੀ ਕਿੱਥੇ ਆਈ? ਡੌਗੀ ਕਿੱਥੇ? ਡੌਗੀ 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 ਕਿੱਥੇ ਸਿੱਟੇ? ਇਹ ਨਵਾਂ ਕਾਰੀਗਰ ਹੈ, ਇਹ ਪੁਰਾਣਾ ਕਾਰੀਗਰ ਹੈ, ਨਵਾਂ ਕਾਰੀਗਰ ਕਾਰੀਗਰ ਉਹ ਕਾਰੀਗਰ ਹਾਂ ਫੜ ਕੇ ਲੜਾ ਸੀ ਉਹ। ਬਿੱਲੀ ਵੀ ਆ ਗਈ ਸਾਡੀ, ਮਾਨੋ ਬਿੱਲੀ ਆ ਗਈ। ਹਾਂ ਫੜ ਲੈਂਦਾ ਛੋਟਾ ਕਾਰੀਗਰ, ਬਿੱਲੀਆਂ ਫੜਦਾ। ਮਾਊ ਮਈ ਚੱਕ ਵਾੜ ਲਈ ਸਹੀ, ਚੱਕ ਵਾੜ ਲਈ ਸਹੀ। ਹਾਂ ਦੇ ਤੁਹਾਨੂੰ ਦਿਖਾ ਦਿੱਤੇ, ਉੱਥੇ ਅੰਦਰ ਬਹਿ ਕੇ ਖਾਂਦੇ ਹਾਂ। ਏਅਰ ਕੂਲਰ ਚੱਲਿਆ ਹੋਇਆ, ਠੰਡੀ ਵਾਹ ਬਿਹਤਰੀਨ। ਇੱਥੇ ਗਰਮੀ ਹੈ ਬਾਹਰ, ਛਾਂ ਤਾਂ ਆ ਗਈ ਸਾਰੇ ਘਰ ਦੇ ਵਿੱਚ, ਪੂਰੇ ਘਰ ਦੇ ਅੰਦਰ ਨਾ ਛਾਂ ਆ ਗਈ ਹੈ। ਚੱਕ ਵਾੜ ਲਈ ਸੀ, ਚੱਕ ਵਾੜ ਲਈ ਸੀ ਦੰਦਾਂ ਵਾਲਿਆ ਤੈਨੂੰ, ਇਹਨਾਂ ਦੇ ਹੱਥ ਤੋਂ ਆਈ ਹੋਣ। ਖੀਆਂ ਦੀ ਤਾਂ ਬਰਮਾਰ ਹੈ, ਲੇਕਿਨ ਨਾ ਠੰਡ ਅੰਦਰ ਕਾਫੀ ਜ਼ਿਆਦਾ ਹੈ। ਪੱਖਾ ਸਾਰਾ ਦਿਨ ਚੱਲਿਆ ਰਿਹਾ ਨਾ, ਏਅਰ ਕੂਲਰ ਦੇ ਅੰਦਰ ਨਾ ਬੜੀ ਠੰਡ ਬਣੀ ਹੋਈ ਆ। ਕਮਰੇ ਦੇ ਅੰਦਰ ਆਇਆ, ਬਰਾਮਦੇ ਦੇ ਵਿੱਚ ਬੜੀਆਂ ਮੱਖੀਆਂ ਸੀ, ਇੱਥੇ ਫਿਰ ਵੀ ਮੱਖੀਆਂ ਕੋਈ ਨਹੀਂ ਹੈ। ਔਰ ਸਾਡਾ ਖਾਣ ਪੀਣ ਦੇ ਸਟਾਈਲ ਦੇ ਵਿੱਚ ਜਿਹੜਾ ਹੈਗਾ, ਨੁਕਸ ਨਾ ਕੱਢੇ ਕਰੋ, ਮਿਹਰਬਾਨੀ ਤੁਹਾਡੀ। ਸਾਡਾ ਖਾਣ ਪੀਣ ਦਾ ਸਟਾਈਲ ਜਿਹੜਾ ਹੈਗਾ ਨਾ, ਦੇਸੀ ਜਿਹਾ ਸਟਾਈਲ ਹੈ। ਔਰ ਇਹ ਸਾਨੂੰ ਬੜਾ ਪਸੰਦ ਹੈ, ਤੁਹਾਨੂੰ ਪਸੰਦ ਹੈ ਜਾਂ ਨਹੀਂ ਹੈ ਇਸ ਗੱਲ ਦਾ ਮੈਨੂੰ ਨਹੀਂ ਪਤਾ। ਸਾਨੂੰ ਬੜਾ ਪਸੰਦ ਹੈ, ਅਸੀਂ ਬੜੇ ਸਕੂਨ ਨਾਲ ਇਤਮਨਾਨ ਨਾਲ ਬਹਿ ਕੇ ਮਲੰਗਾਂ ਤਰ੍ਹਾਂ ਖਾਂਦੇ ਹਾਂ, ਸਾਨੂੰ ਬੜਾ ਅੱਛਾ ਲੱਗਦਾ। ਕੋਈ ਥੱਲੇ ਬਹਿ ਕੇ ਖਾ ਲੈਂਦਾ, ਕੁੱਤੇ ਜਿੱਥੇ ਦਿਲ ਕੀਤਾ ਖਾ ਲਿਆ। ਬੇਗਮ ਸਾਹਿਬਾਂ ਕੱਪੜੇ ਧੋ ਰਹੀ ਹੈ, ਔਰ ਅਬਦੁਲ ਰਹਿਮਾਨ ਅਤੇ ਮੈਂ ਦੋਨਾਂ ਨੇ ਪੱਠੇ ਵੱਢ ਕੁੱਟ ਕੇ ਲੈ ਆਉਂਦੇ ਨੇ। ਇੱਕ ਪੰਡ ਜਿਹੜੀ ਨਾ ਪਾ ਦਿੱਤੀ ਹੈ, ਔਰ ਇੱਕ ਪੰਡ ਜਿਹੜੀ ਨਾ ਪਈ ਹੋਈ ਆ। ਹੋ ਚੁੱਕੀ ਹੈ ਜੀ ਸ਼ਾਮ, ਬਿਲਕੁਲ ਸ਼ਾਮ ਹੋ ਚੁੱਕੀ, ਸੂਰਜ ਗਰੂਬ ਹੋ ਗਿਆ। ਮਾਸ਼ਾਅੱਲਾ ਪੁਲਾਓ ਅੱਜ ਜ਼ਬਰਦਸਤ ਕਿਸਮ ਦਾ ਰੱਜ ਕੇ ਖਾਏ ਨੇ, ਹਜ਼ਮ ਹੀ ਹੋ ਗਏ ਨੇ ਬਿਲਕੁਲ। ਕੰਮ ਵਗੈਰਾ ਕੀਤਾ ਨਾ ਤੇ ਹਜ਼ਮ ਹੋ ਗਏ ਨੇ। ਸੁਬਹਾ ਇਨਸ਼ਾਅੱਲਾ ਹੁਣ ਸਭ ਤੋਂ ਪਹਿਲੇ ਜਿਹੜਾ ਹੈਗਾ ਨਾ, ਇਹ ਆਲਾ ਟਾਵਾਂਗੇ ਇਹਨੂੰ, ਕੀ ਕਹਿੰਦੇ ਦਰਵਾਜ਼ਾ ਲਾਵਾਂਗੇ, ਫਿਰ ਜਿਹੜਾ ਹੈਗਾ ਉਹਦਾ ਕੋਈ ਘਰ ਦਾ ਕੰਮ ਕਰਾਵਾਂਗੇ। ਰਾਤ ਹੋ ਚੁੱਕੀ ਹੈ ਬਿਲਕੁਲ, ਔਰ ਉੱਥੇ ਜਿਹੜਾ ਟਰੈਕਟਰ ਵਾਹ ਰਿਹਾ ਸੀ ਨਾ ਦੁਪਹਿਰ ਟਾਈਮ, ਜ਼ਮੀਨ ਵਗੈਰਾ ਹਾਲੇ ਤੱਕ ਜਿਹੜਾ ਹੈਗਾ ਨਾ ਉੱਥੇ ਹੀ ਫਿਰਦਾ। ਦੁੱਧ ਵਗੈਰਾ ਵੀ ਅਸੀਂ ਹਾਲੇ ਹੁਣ ਚੋਣਾ, ਮੱਝ ਨੂੰ ਪੱਠੇ ਵਗੈਰਾ ਪਾ ਦਿੱਤੇ ਨੇ, ਰੱਜ ਕੇ ਖਾ ਰਹੀ ਆ। ਔਰ ਬੇਗਮ ਸਾਹਿਬਾਂ ਬਣਾ ਰਹੀ ਹੈ ਮੰਜੇ ਬਿਸਤਰੇ, ਔਰ ਅਸੀਂ ਸਾਰੇ ਜਿਹੜਾ ਹੈਗੇ ਨਾ, ਮੈਂ ਪਹਿਲੇ ਅੰਦਰ ਸੌਂਦਾ ਸੀ ਨਾ ਅਤੇ ਅੰਦਰ, ਹੁਣ ਨਾ ਨਹੀਂ ਸੋਇਆ ਜਾਂਦਾ, ਛੱਤ ਵਾਲੇ ਪੱਖੇ ਨਾਲ ਨਾ ਗੱਲ ਨਹੀਂ ਬਣਦੀ। ਏਅਰ ਕੂਲਰ ਚੱਲਦਾ ਹੈ ਨਾ, ਏ ਸੀ ਚੱਲਦਾ ਹੈ, ਤਾਂ ਮੈਂ ਕਹਿੰਦਾ ਇੰਨਾ ਸਕੂਨ ਆਉਂਦਾ ਨਾ ਅਤੇ ਸੌਣ ਦਾ। ਫਿਰ ਅਸੀਂ ਸਾਰੇ ਨਾ, ਹੁਣ ਸਾਡੀ ਰੂਟੀਨ ਇਸ ਤਰੀਕੇ ਕੋਈ ਚੇਂਜ ਹੋ ਗਈ ਕਿ ਸਾਰੇ ਅਸੀਂ ਨਾ ਇੱਥੇ ਲੈਣ ਦੇ ਵਿੱਚ ਜਿਹੜਾ ਹੈਗਾ ਨਾ ਸੌਂਦੇ ਹੁੰਦੇ ਹਾਂ। ਪੂਰਾ ਟੱਬਰ ਉਹ ਲਮਕਿਆ ਖਲੇ ਪਰਲੀ ਕਾਰੀਗਰੀ ਕਾਰੀਗਰ ਲਮਕਿਆ ਚੱਕੋ ਇਹਨੂੰ। ਹੁੰਦੇ ਨੇ ਖੋਲੇ ਖੋਲੇ ਬਾਈ ਕੋ ਖੋਲੇ ਬਾਈ ਕੋ ਖੋਲੇ ਦੇਵੇ ਧਮਕੀਆਂ ਵੇਖ ਲੈਂਦਾ ਦੇ ਨਹੀਂ ਦੇ ਰਿਹਾ ਦਿੰਦਾ ਦੇ ਰਿਹਾ ਲੈ ਲਾ ਦੇ ਰਿਹਾ ਲੈ ਲਾ ਪਕੜ ਲੈ ਹਾਂ ਮੇਰੇ ਰੋ ਕੇ ਆਇਆ ਵੀ ਮੈਨੂੰ ਲੈ ਤੇ
ਖੁਸ਼ ਹੋਣ। ਮਿਸਤਰੀ ਦਾ ਇੰਤਜ਼ਾਰ ਕਰ ਕਰ ਕੇ ਮਿਸਤਰੀ ਆਇਆ ਕੋਈ ਨਹੀਂ, ਫੱਟੀਆਂ ਫੁੱਟੀਆਂ ਲੈ ਕੇ ਨਹੀਂ ਤੇ ਅੱਜ ਖਰਗੋਸ਼ ਦਾ ਹਾਂ ਮੁੜ ਨਹੀਂ ਦਿੰਦਾ। ਮੈਂ ਲੈ ਦਿੰਦਾ ਮੈਂ ਖਰਗੋਸ਼ ਦਾ ਘਰ ਆ ਜਾਣਾ ਬਣ ਕੇ ਬਿਲਕੁਲ ਕਲੀਅਰ ਹੋ ਜਾਣਾ ਸੀ। ਚਲੋ ਦੇਖਦੇ ਹਾਂ ਸੁਬਹ ਸ਼ਾਇਦ ਆ ਜਾਵੇ, ਕਿਉਂਕਿ ਹੋ ਸਕਦਾ ਕਿ ਸ਼ਹਿਰ ਗਿਆ ਸੀ ਫੱਟੀਆਂ ਲੈਣ ਵਾਸਤੇ, ਹੋ ਸਕਦਾ ਕਿ ਲੇਟ ਹੋ ਗਿਆ। ਹਾਲ ਹਾਲ ਤਾਂ ਨਾ ਪਾ, ਕੀ ਲੈਣਾ ਕੀ ਲੈਣਾ, ਖੋਲ ਖੋਲ ਤੂੰ ਖੋਲ ਖੋਲ ਪੱਖੀ ਪੈ ਕੇ ਖੋਲ ਖੋਲ ਅੱਗੇ ਜਾ ਨਹੀਂ ਦੇ ਆ ਬਾਈ ਨੂੰ ਚੱਲ ਦੇ ਦੇ। ਪੂਰਾ ਟੱਬਰ ਅਸੀਂ ਆਇਆ ਦੁੱਧ ਚੋਣ ਵਾਸਤੇ, ਅੱਗੂ ਮੱਝ ਨੇ ਜਿਹੜਾ ਕਹਿੰਦਾ ਦੁੱਧ ਹੀ ਨਹੀਂ ਦਿੱਤਾ, ਪੱਠੇ ਪੁੱਠੇ ਖਾ ਰਹੀ ਹੈ ਨਾ, ਪੱਠੇ ਖਾ ਖੂ ਲਵੇ ਤੇ ਫਿਰ ਜਿਹੜਾ ਕਹਿੰਦਾ ਦੁੱਧ ਦੇਵੇ। ਇਹ ਲੇਟ ਅਸਲ ਤੇ ਤਕਰੀਬਨ ਜਾ ਕੇ 9-1 ਵਜੇ ਦੁੱਧ ਦਿੰਦੀ, 9:30 ਵਜੇ ਕਦੇ ਕਾਫੀ ਲੇਟ। ਹਾਂ ਸੁਬਹ 10-11 ਵਜੇ ਚੁੰਦੇ ਹੁੰਦੇ ਹਨ ਤੇ ਇਸ ਕਰਕੇ ਸੁਬਹ ਇੰਝ ਕੋਸ਼ਿਸ਼ ਕਰੀਏ ਆਪਾਂ ਸੁਬਹ ਨਾ ਚੋਲੀ ਕਰੀਏ ਤਕਰੀਬਨ 5-6 ਵਜੇ ਸੁਬਹ ਟਾਈਮ ਨਾਲ ਚੋਈ ਕਰਾਂਗੇ ਨਾ ਤੇ ਫਿਰ ਸ਼ਾਮ ਨੂੰ ਟਾਈਮ ਨਾਲ 5-6 ਵਜੇ ਚੋਲੀ ਕਰੀਏ। ਆਪਣਾ ਟਾਈਮ ਕੋਈ ਨਹੀਂ 9-10 ਵਜੇ ਚੋਣ ਵਾਲਾ। ਅੱਜ ਦੁੱਧ ਦੇਵੇਗੀ ਤੇ 200 ਦਾ ਬਣਾਵਾਂਗੇ, ਨਹੀਂ ਤਾਂ ਫਿਰ ਛੁੱਟੀ। ਤੇ ਬਾਕੀ ਅੱਜ ਦਾ ਵਲਾਗ ਵੀ ਖਤਮ ਕਰਨਾ ਇਨਸ਼ਾਅੱਲਾ, ਕੱਲ੍ਹ ਮੁਲਾਕਾਤ ਹੁੰਦੀ ਖੁਦਾ ਹਾਫਿਜ਼ ਅੱਲਾ ਨੀ ਜਵਾਬ, ਕਿਉਂਕਿ ਹੁਣ ਅਸੀਂ ਬੈਠੇ ਹੋਏ ਹਾਂ ਇੱਥੇ ਮੱਝ। ਹਾਂ ਮੱਝ ਪੱਠੇ ਖਾਵੇਗੀ ਤੇ ਫਿਰ ਇਹ ਕੀ ਸਾਰੇ ਆਏ ਫਿਰਦੇ ਨੇ ਕੀ ਕਰਨ ਆਏ ਨੇ ਤੁਸੀਂ? ਚਾਹ ਚੁੱਕੋ ਨੀ, ਚਲੋ ਬਾਜੋ।